ਪੰਜਾਬੀ ਭਾਸ਼ਾ ਨਾਲ ਜੁੜੀ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਕਰਦੇ ਜੀ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ ਆਪਨੇ ਇਸ ਚੈਨਲ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਵਿਸ਼ੇ ਦੀ ਤਿਆਰੀ ਜਿਸ ਦੇ ਦੀਨ ਅਸੀਂ ਕਾਫੀ ਸਾਰੇ ਲੈਕਚਰ ਜਿਹੜੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਦੇ ਟੌਪਿਕ ਅਨੁਸਾਰ ਉਹਨਾਂ ਦੀਆਂ ਪਲੇਲਿਸਟਾਂ ਬਣ ਚੁੱਕੀਆਂ ਨੇ ਤੇ ਉਹਨਾਂ ਦੇ ਲਿੰਕਸ ਮਿਲਣਗੇ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਸ ਦੇ ਨਾਲ ਹੀ ਜੋ ਥਿਊਰੀ ਲੈਕਚਰ ਸਾਡੇ ਚੱਲ ਰਹੇ ਨੇ ਉਹਨਾਂ ਦੇ ਨਾਲ ਨਾਲ ਰਿਵੀਜ਼ਨ ਦੇ ਲਈ ਅਸੀਂ ਕਰ ਰਹੇ ਹਾਂ ਮੌਕ ਟੈਸਟ ਤੇ ਅੱਜ ਕਰਨ ਜਾ ਰਹੇ ਹਾਂ ਮੌਕ ਟੈਸਟ ਨੰਬਰ 35 ਜਿਸ ਦੇ ਵਿੱਚ કુલ 12 ਪ੍ਰਸ਼ਨ ਰਹਿਣਗੇ ਤੇ ਤੁਹਾਨੂੰ ਮਿਲਣਗੇ 10 ਸੈਕਿੰਡ ਹਰ ਇੱਕ ਕੁਐਸਚਨ ਦਾ ਉੱਤਰ ਦੇਣ ਦੇ ਲਈ ਤੇ ਜੇਕਰ ਤੁਹਾਨੂੰ ਜ਼ਿਆਦਾ ਸਮਾਂ ਚਾਹੀਦਾ ਹੈ ਤਾਂ ਤੁਸੀਂ ਵੀਡੀਓ ਨੂੰ ਪਾਜ਼ ਕਰ ਸਕਦੇ ਹੋ ਤੇ ਬਾਅਦ ਵਿੱਚ ਆਪਣੇ ਆਨਸਰ ਤੇ ਪਹੁੰਚ ਸਕਦੇ ਹੋ ਠੀਕ ਹੈ ਜੀ ਇਸ ਤੋਂ ਪਹਿਲਾਂ ਦੇ ਜਿਹੜੇ 34 ਮੌਕ ਟੈਸਟ ਹੈ ਉਹਨਾਂ ਦੇ ਜਿਹੜੀ ਅਲੱਗ ਤੋਂ ਪਲੇਲਿਸਟ ਹੈ ਉਹ ਬਣ ਚੁੱਕੀ ਹੈ ਤੇ ਉਹਦਾ ਲਿੰਕ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਠੀਕ ਹੈ ਜੀ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਮੌਕ ਟੈਸਟ ਗੁੱਡ ਲੱਕ ਹਾਂਜੀ ਇਸ ਤੋਂ ਪਹਿਲਾਂ ਵਾਲੇ ਮੌਕ ਟੈਸਟ ਦੇ ਵਿੱਚ ਅਸੀਂ 486 ਤੱਕ ਕੁਐਸਚਨ ਕਰ ਲਏ ਸੀ ਤੇ ਅੱਜ ਦਾ ਪਹਿਲਾ ਪ੍ਰਸ਼ਨ ਹੈ 487 ਨੰਬਰ ਹਾਂਜੀ 487 ਨੰਬਰ ਪ੍ਰਸ਼ਨ ਕਹਾਣੀ ਵਿੱਚ ਘਟਨਾਵਾਂ ਦੀ ਤਰਤੀਬ ਅਖਵਾਉਂਦੀ ਹੈ ਸ਼ੈਲੀ ਪਲਾਟ ਕਥਾਵਸਤੂ ਜਾਂ ਫਿਰ ਵਾਤਾਵਰਣ ਪੇਸ਼ਕਾਰੀ ਹਾਂਜੀ ਸਾਡੇ ਇਸ ਪ੍ਰਸ਼ਨ ਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਐਡਾ ਪਲਾਟ ਅਖਵਾਉਂਦੀ ਹੈ ਕਟਨਾਮਾ ਦੀ ਤਰਤੀਬ ਕਹਾਣੀ ਦੇ ਵਿੱਚ ਅਗਲਾ ਪ੍ਰਸ਼ਨ ਕਰਦੇ ਹਾਂ 488 ਨੰਬਰ ਅੱਖਾਂ ਅੱਗੇ ਸਰੋਂ ਫੁੱਲਣੀ ਮੁਹਾਵਰੇ ਦਾ ਅਰਥ ਹੈ ਘਬਰਾਉਣਾ ਬੇਹੋਸ਼ ਹੋਣਾ ਚਿੰਤਾ ਮੁਕਤ ਹੋਣਾ ਜਾਂ ਇਹ ਸਾਰੇ ਹੀ ਅਰਥ ਸਹੀ ਨੇ ਹਾਂਜੀ ਇਸ ਮੁਹਾਵਰੇ ਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਉੜਾ ਆਪਸ਼ਨ ਅੱਖਾਂ ਅੱਗੇ ਸਰੋ ਫੁੱਲੀ ਮਤਲਬ ਖਬਰ ਆ ਜਾਣਾ ਅਗਲਾ ਪ੍ਰਸ਼ਨ ਕਰਦੇ ਹਾਂ ਡੈਸ਼ ਨੂੰ ਨਿੱਜੀ ਭਾਸ਼ਣ ਵੀ ਕਿਹਾ ਜਾਂਦਾ ਹੈ ਵਾਰ ਨੂੰ ਕਿਸੇ ਨੂੰ નિબંધ ਨੂੰ ਜਾਂ ਫਿਰ ਨਾਟਕ ਨੂੰ ਹਾਂਜੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਏਡੀ ਆਪਸ਼ਨ ਨਿਬੰਧ ਨੂੰ ਕਿਹਾ ਜਾਂਦਾ ਹੈ ਨਿੱਜੀ ਭਾਸ਼ਣ ਅਗਲਾ ਕੁਐਸਚਨ ਕਰਦੇ ਹਾਂ 490 ਨੰਬਰ ਅਲੌਣੀ ਸ਼ਬਦ ਦਾ ਅਰਥ ਹੈ ਔਸਤ ਕਰਨਾ ਤਾਰੀਫ ਕਰਨਾ ਊੜਾ ਤੇ ਐਡਾ ਆਪਸ਼ਨ ਦੋਵੇਂ ਸਹੀ ਨੇ ਜਾਂ ਫਿਰ ਲਾਸਟ ਆਪਸ਼ਨ ਹੈ ਸ਼ੌਕ ਮਨਾਉਣਾ ਹਾਂਜੀ ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਸਦੇ ਵਿੱਚ ਪਜ਼ਲ ਨਹੀਂ ਹੋ ਜਾਣਾ ਤਾਂ ਇਸ ਦਾ ਸਹੀ ਉੱਤਰ ਹੈ ਈਡੀ ਆਪਸ਼ਨ ਉਸਤਤ ਕਰਨਾ ਜਾਂ ਤਾਰੀਫ ਕਰਨਾ ਇਹ ਦੋਵੇਂ ਹੀ ਆਨਸਰ ਆ ਸਕਦੇ ਨੇ 490 ਨੰਬਰ ਪ੍ਰਸ਼ਨ ਦੇ ਇਸ ਕਰਕੇ ਆਪਾਂ ਈਡੀ ਆਪਸ਼ਨ ਸਹੀ ਕੀਤਾ ਹੁਣ ਦੇਖੋ ਅਲਾਉਣੀ ਹੈ ਜਿਹੜੀ ਅਸਲ ਦੇ ਵਿੱਚ ਸ਼ੋਕ ਮਨਾਉਣ ਦੇ ਲਈ ਹੀ ਸੋਗ ਵਜੋਂ ਠੀਕ ਹੈ ਗਾਈ ਜਾਂਦੀ ਹੈ ਜਿਹੜੀ ਅਲਾਉਣੀ ਆ ਪਰ ਇੱਥੇ ਕੀ ਪੁੱਛਿਆ ਗਿਆ ਇੱਥੇ ਇਸ ਦਾ ਸ਼ਬਦੀ ਅਰਥ ਪੁੱਛਿਆ ਗਿਆ ਠੀਕ ਹੈ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਤੁਸੀਂ ਅਗਲਾ ਪ੍ਰਸ਼ਨ ਕਰਦੇ ਆਪਾਂ 491 ਨਾਥਾ ਜੋਗੀਆਂ ਨੇ ਕਿਸ ਧਾਰਾ ਦਾ ਮੋਡ ਬੰਨਿਆ ਕਿੱਸਾ ਕਾਵਤਾਰਾ ਬਾਣੀ ਧਾਰਾ ਉੜਾ ਤੇ ਐਡਾ ਆਪਸ਼ਨ ਦੋਵੇਂ ਹੀ ਸਹੀ ਨੇ ਜਾਂ ਫਿਰ ਵੀਰ ਕਾਵਤਾਰਾ ਹਾਂਜੀ ਸਾਡੇ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਐਡਾ ਆਪਸ਼ਨ ਬਾਣੀ ਧਾਰਾ ਦਾ ਜਿਹੜਾ ਮੁੱਢ ਬੰਨਿਆ 나ਥਾਂ ਤੇ ਜੋਗੀਆਂ ਨੇ ਠੀਕ ਹੈ ਜੀ ਅਗਲਾ ਕੁਐਸਚਨ ਕਰਦੇ ਆਪਾਂ 492 ਨੰਬਰ ਸ਼ਿਹਾਰਫੀ ਕਾਵ ਰੂਪ ਵਿੱਚ ਪੂਰਨ ਭਗਤ ਦਾ ਕਿੱਸਾ ਕਿਸ ਨੇ ਲਿਖਿਆ ਐਮਡੀਆਰ ਨੇ ਕਾਦਰ ਯਾਰ ਨੇ ਹਾਮਦ ਨੇ ਜਾਂ ਫਿਰ ਹਾਸ਼ਮ ਸ਼ਾ ਨੇ ਹਾਂਜੀ ਸਾਡੇ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਐੜਾ ਆਪਸ਼ਨ ਕਾਦਰ ਯਾਰ ਨੇ ਲਿਖਿਆ ਸੀ ਸਿਹਰਫੀ ਕਾਵ ਰੂਪ ਦੇ ਵਿੱਚ ਅਗਲਾ ਕੁਐਸਚਨ ਕਰਦੇ ਆਪਾਂ 93 ਨੰਬਰ ਆਪਣਾ ਦੇਸ਼ ਕਹਾਣੀ ਕਿਸ ਦੀ ਲਿਖੀ ਹੋਈ ਹੈ ਸੁजान ਸਿੰਘ ਦੀ ਮੋਨ ਪੰਡਹਾਰੀ ਦੀ ਸੰਤੋਖ ਸਿੰਘ ਧੀਰ ਦੀ ਜਾਂ ਫਿਰ ਨਵਤੇਜ ਸਿੰਘ ਦੀ ਹਾਂਜੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਈਡੀ ਆਪਸ਼ਨ ਸੰਤੋਖ ਸਿੰਘ ਧੀਰ ਅਗਲਾ ਪ੍ਰਸ਼ਨ ਕਰਦੇ ਆਪਾਂ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦਾ ਕਾਲਪਨਿਕ ਪਾਤਰ ਕਿਸ ਕਹਾਣੀ ਵਿੱਚ ਪੇਸ਼ ਹੋਇਆ ਸ਼ਹੀਦ ਕਹਾਣੀ ਵਿੱਚ ਬਟਲੂ ਚਮਿਆਰ ਕਹਾਣੀ ਵਿੱਚ ਸਤਿਆ ਸੇਈ ਦੇ ਵਿੱਚ ਜਾਂ ਫਿਰ ਮਾੜਾ ਬੰਦਾ ਕਹਾਣੀ ਵਿੱਚ ਹਾਂਜੀ ਸਾਡੇ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਈਡੀ ਆਪਸ਼ਨ ਤੇ ਇਹ ਜਿਹੜੀ ਕਹਾਣੀ ਹੈ ਇਹ ਲਿਖੀ ਗਈ ਹੈ ਡਾਕਟਰ ਦਲੀਪ ਕੌਰ ਟਿਵਾਣਾਜੀ ਦੁਆਰਾ ਅਗਲਾ ਪ੍ਰਸ਼ਨ ਕਰਦੇ ਆਪਾਂ 495 ਨੰਬਰ ਚੁੰਮ ਚੁੰਮ ਰੱਖੋ ਕਵਤਾ ਕਿਸ ਕਵੀ ਦੀ ਹੈ ਤਨਿਰਾਮ ਛਾਤ੍ਰਿਕ ਦੀ ਸ਼ਿਵ ਕੁਮਾਰ ਬਟਾਲਵੀ ਦੀ ਨੰਦ ਲਾਲ ਨੂਰਪੁਰੀ ਦੀ ਜਾਂ ਫਿਰ ਪਾਸਤੀ ਹਾਂਜੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਈਡੀ ਆਪਸ਼ਨ ਨੰਦ ਲਾਲ ਨੂਰਪੁਰੀ ਦੁਆਰਾ ਲਿਖੀ ਗਈ ਹੈ ਕਵਤਾ ਤੇ ਇਹੀ ਪ੍ਰਸ਼ਨ ਤੁਹਾਡੇ ਲਈ ਹੈ 495 ਨੰਬਰ ਜੋ ਨੰਦ ਲਾਲ ਨੂਰਪੁਰੀ ਜੀ ਨੇ ਇੱਕ ਕਵਤਾ ਲਿਖੀ ਹੈ ਚਮਚਮ ਰੱਖੋ ਠੀਕ ਹੈ ਬਹੁਤ ਪ੍ਰਸਿੱਧ ਕਵਤਾ ਹੈ ਆਲਮੋਸਟ ਸਾਰਿਆਂ ਨੂੰ ਪਤਾ ਹੋਊਗਾ ਤਾਂ ਤੁਸੀਂ ਦੱਸਣਾ ਹੈ ਕਿ ਇਹ ਕਿਸ ਨੂੰ ਮੁੱਖ ਰੱਖ ਕੇ ਲਿਖੀ ਗਈ ਹੈ ਠੀਕ ਹੈ ਕਿਸ ਦਾ ਵਰਣਨ ਕੀਤਾ ਗਿਆ ਇਸ ਕਵਤਾ ਦੇ ਵਿੱਚ ਕਿੰਨਾ ਮਹਾਨ ਸ਼ਖਸੀਅਤਾਂ ਦਾ ਵਰਣਨ ਮਿਲਦਾ ਸਾਨੂੰ ਉਹ ਜ਼ਰੂਰ ਤੁਸੀਂ ਕਮੈਂਟ ਕਰਕੇ ਇਸ ਦਾ ਆਨਸਰ ਦੱਸ ਦੇਣਾ ਜੀ ਠੀਕ ਹੈ 495 ਨੰਬਰ ਪਾ ਕੇ ਇੱਥੇ ਵੀਡੀਓ ਨੂੰ ਪਾਜ਼ ਕਰ ਲਓ ਤੇ ਇਹਦਾ ਆਨਸਰ ਜਿਹੜਾ ਉਹ ਟਾਈਪ ਕਰ ਦਿਓ ਠੀਕ ਹੈ ਜੀ ਅਗਲਾ ਪ੍ਰਸ਼ਨ ਕਰਦੇ ਆਪਾਂ 496 ਨੰਬਰ ਡੈਸ਼ ਦਾ ਪ੍ਰਾਤਨ ਰੂਪ ਲੋਕ ਵਾਰਾਂ ਵਿੱਚ ਵੇਖਿਆ ਜਾ ਸਕਦਾ ਹੈ ਜੰਗਨਾਮੇ ਦਾ ਗਜ਼ਲ ਦਾ ਵਾਰ ਕਾਫ ਦਾ ਚਾਹੇ ਨਾ ਚ ਕੋਈ ਵੀ ਆਪਸ਼ਨ ਆ ਜਿਹੜੀ ਉਹ ਸਹੀ ਨਹੀਂ ਹੈਗੀ ਹਾਂਜੀ ਸਾਡਾ ਸਹੀ ਉੱਤਰ ਹੈ ਈਡੀ ਆਪਸ਼ਨ ਵਾਰ ਕਾਫ ਅਗਲਾ ਕੁਐਸਚਨ ਕਰਦੇ ਆਪਾਂ 497 ਨੰਬਰ ਇਹ ਤੁਸੀਂ ਪੂਰਾ ਕਰਨਾ ਹੈ ਜੀ ਡਾਡੇ ਨਾਲ ਪਿਆਲੀ ਟੈਸ਼ ਉਹ ਦੇਵੇ ਗਾਲੀ ਉਹ ਮੰਗੇ ਰੋਟੀ ਉਹ ਮੰਗੇ ਹਿੱਸਾ ਉਹ ਮੰਗੇ ਪੈਸੇ ਜਾਂ ਉਹ ਮੰਗੇ ਦਾਣੇ ਹਾਂਜੀ ਤਾਂ ਸਹੀ ਉੱਤਰ ਹੈ ਐਡਾ ਆਪਸ਼ਨ ਡਾਡੇ ਨਾਲ ਪਿਆਲੀ ਉਹ ਮੰਗੇ ਹਿੱਸਾ ਉਹ ਦੇਵੇ ਗਾਲੀ ਅਗਲਾ ਪ੍ਰਸ਼ਨ ਕਰਦੇ ਆਪਾਂ 498 ਨੰਬਰ ਇਹ ਵੀ ਤੁਸੀਂ ਪੂਰਾ ਕਰਨਾ ਹੈ ਘਰ ਦਾ ਸੜਿਆ ਬਣ ਗਿਆ ਵਣ ਨੂੰ ਡੈਸ਼ ਲੁੱਟ ਲਿਆ ਚੋਰਾਂ ਨੇ ਪੈਗੇ ਮੋਰ ਲੱਗੀ ਅੱਗ ਲੈ ਗਏ ਚੋਰ ਹਾਂਜੀ ਸਹੀ ਉੱਤਰ ਤੇ ਪਹੁੰਚਦੇ ਆਪਾਂ ਤਾਂ ਉਹ ਹੈ ਈਡੀ ਆਪਸ਼ਨ ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ ਠੀਕ ਹੈ ਜੀ ਤਾਂ ਇੱਥੇ ਹੋ ਗਏ ਆਪਣੇ 12 ਪ੍ਰਸ਼ਨ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਕਿ ਤੁਹਾਡੇ 12 ਦੇ ਵਿੱਚੋਂ ਕਿੰਨੇ ਪ੍ਰਸ਼ਨ ਜਿਹੜੇ ਉਹ ਸਹੀ ਗਏ ਨੇ ਤੇ ਕਿੰਨੇ ਤੁਸੀਂ ਗਲਤ ਕੀਤੇ ਨੇ ਤੇ ਕਿਸ ਤਰ੍ਹਾਂ ਦਾ ਲੱਗੇ ਅੱਜ ਦਾ ਮੌਕ ਟੈਸਟ ਜ਼ਰੂਰ ਕਮੈਂਟ ਕਰਕੇ ਲਾਈਕ ਕਰਕੇ ਦੱਸਿਓ ਜੀ ਤੇ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਸਕੋਰ ਸਾਰਿਆਂ ਨੇ ਹੀ ਮੈਂਸ਼ਨ ਕਰਕੇ ਜਾਣੇ ਆ। ਸੋ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਸੁਪੀਰੀਅਰ ਸਟਡੀ ਚੈਨਲ। ਧੰਨਵਾਦ ਜੀ।